سورة المرسلات. بسم الله الرحمن الرحيم. والمرسلات عرفا، فالعاصفات عصفا، والناشرات نشرا، فالفارقات فرقا، فالملقيات ذكرا، عذرا أو نذرا، إنما توعدون لواقع، فإذا النجوم طمست، وإذا السماء فرجت، وإذا الجبال نسفت، وإذا الرسل أقتت، لأي يوم أجلت، ليوم الفصل، وما أدراك ما يوم الفصل، ويل يومئذ للمكذبين. ألم نهلك الأولين ثم نتبعهم الآخرين، كذلك نفعل بالمجرمين. ويل يومئذ للمكذبين. ألم نخلقكم من ماء مهين فجعلناه في قرار مكين إلى قدر معلوم فقدرنا فنعم القادرون. ويل يومئذ للمكذبين. ألم نجعل الأرض كفاتا أحياء وأمواتا وجعلنا فيها رواسي شامخات وأسقيناكم ماء فراتا. ويل يومئذ للمكذبين. انطلقوا إلى ما كنتم به تكذبون. انطلقوا إلى ظل ذي ثلاث شعب لا ظليل ولا يغني من اللهب، إنها ترمي بشرر كالقصر، كأنه جمالة صفر. ويل يومئذ للمكذبين. هذا يوم لا ينطقون ولا يؤذن لهم فيعتذرون. ويل يومئذ للمكذبين. هذا يوم الفصل، جمعناكم والأولين، فإن كان لكم كيد فكيدون. ويل يومئذ للمكذبين. سورة مرسلات. بسم الله الرحمن الرحيم. سو اے ہواواں وگدیاں دی چنگی طرح دا وگنا، پھر چوکا دین والیاں دی زور نال تے ابھارن والیاں دی چک کے بدل، پھر پاڑن والیاں دی ونڈ کے، ਫਿਰ ਦਿਲਾਂ ਵਿੱਚ ਅੱਲਾ ਦੀ ਯਾਦ ਪਾਉਂਦਿਆਂ ਦੀ ਬਹਾਨਾ ਲਾਉਣ ਨੂੰ ਜਾਂ ਡਰਾਉਣ ਨੂੰ, ਜਿਸ ਦਾ ਤੁਹਾਨੂੰ ਵਾਅਦਾ ਮਿਲਦਾ ਹੈ ਜ਼ਰੂਰ ਹੋਣ ਵਾਲਾ ਹੈ। ਫਿਰ ਜਦ ਤਾਰੇ ਮੈਲੇ ਹੋ ਜਾਣਗੇ ਅਤੇ ਜਦ ਆਸਮਾਨ ਪਾਟ ਜਾਏਗਾ ਅਤੇ ਜਦ ਪਹਾੜ ਉਡਾਏ ਜਾਣਗੇ ਅਤੇ ਜਦ ਹਾਜ਼ਰੀ ਪੈਗੰਬਰਾਂ ਦਾ ਵਕਤ ਆ ਪਹੁੰਚੇਗਾ, ਕ
ਕਿਹੜੇ ਦਿਨ ਲਈ ਦੇਰ ਲਾਈ ਜਾਂਦੀ ਹੈ ਨਿਤਾਰੇ ਦੇ ਦਿਨ ਲਈ, ਤੇ ਕਿਨ ਦੱਸਿਆ ਤੈਨੂੰ ਕੀ ਹੈ ਨਿਤਾਰੇ ਦਾ ਦਿਨ? ਬੁਰਾ ਹਾਲ ਹੈ ਉਸ ਦਿਨ ਝੁਠਾਉਣ ਵਾਲਿਆਂ ਦਾ, ਭਲਾ ਨਹੀਂ ਫਨਾ ਕੀਤੀ ਅਸਾਂ ਅਗਲੇ, ਫਿਰ ਉਹਨਾਂ ਦੇ ਮਗਰ ਲਾਉਂਦੇ ਹਾਂ ਹੋਰਨਾਂ ਨੂੰ, ਇਉਂ ਕਰਨੇ ਹਾਂ ਅਸੀਂ ਪਾਪੀਆਂ ਨਾਲ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਭਲਾ ਨਹੀਂ ਬਣਾਇਆ ਅਸਾਂ ਤੁਹਾਨੂੰ ਇੱਕ ਪਾਣੀ ਬੇਕਦਰ ਤੋਂ, ਫਿਰ ਰੱਖਿਆ ਅਸਾਂ ਉਸ ਨੂੰ ਇੱਕ ਮਹਿਫੂਜ਼ ਜਗ੍ਹਾ ਵਿੱਚ ਇੱਕ ਮੁੱਦਤ ਮੁਕਰਰ ਤੀਕ, ਫਿਰ ਸਾਡਾ ਵਸ ਚੱਲਿਆ, ਫਿਰ ਵਾਹ ਵਾਹ ਵਸ ਚੱਲਦੇ ਵਾਲੇ ਹਾਂ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਭਲਾ ਨਹੀਂ ਬਣਾਈ ਅਸਾਂ ਜ਼ਮੀਨ ਸਮੇਟਣ ਵਾਲੀ ਜਿਉਂਦਿਆਂ ਅਤੇ ਮੋਇਆਂ ਨੂੰ, ਅਤੇ ਬਣਾ ਰੱਖੇ ਨਹੀਂ ਅਸਾਂ ਉਸ ਵਿੱਚ ਪਹਾੜ ਉੱਚੇ, ਅਤੇ ਪਿਲਾਇਆ ਅਸਾਂ ਤੁਹਾਨੂੰ ਪਾਣੀ ਮਿੱਠਾ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਚਲੋ ਉਸ ਕਾਸੇ ਵੱਲ ਜਿਸ ਨੂੰ ਝੁਠਲਾਉਂਦੇ ਹੁੰਦੇ ਸੌ, ਚਲੋ ਤਿੰਨ ਫਾਂਗ ਵਾਲੀ ਛਾਂ ਵੱਲ, ਯਾਨੀ ਦੋਜ਼ਖ ਦੇ ਧੂੰ ਵੱਲ, ਨਾ ਉਹ ਸੰਘਣੀ ਅਤੇ ਨਾ ਹਟਾਏ ਕੁਝ ਤਾ, ਉਹ ਜ਼ਰੂਰ ਉਡਾਉਂਦੀ ਏ ਚਿੰਗਿਆੜੇ ਮਹਲ ਜਿੱਡੇ, ਜਿਉਂ ਉਹ ਊਠ ਨੇ ਪੀਲੇ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਇਹ ਉਹ ਦਿਨ ਹੈ ਜੋ ਨਾ ਬੋਲਣਗੇ ਅਤੇ ਨਾ ਹੁਕਮ ਮਿਲੇਗਾ ਉਹਨਾਂ ਨੂੰ ਤਾਂ ਉਜ਼ਰ ਕਰ ਲੈਣ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਇਹ ਦਿਨ ਹੈ ਨਿਤਾਰੇ ਦਾ, ਇਕੱਠਿਆਂ ਕੀਤਾ ਅਸਾਂ ਤੁਹਾਨੂੰ ਅਤੇ ਅਗਲਿਆਂ ਨੂੰ, ਫਿਰ ਜੇ ਹੈ ਤੁਹਾਡਾ ਕੋਈ ਦਾ ਤਾਂ ਦਾ ਲਾ ਲਓ ਮੈਨੂੰ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ। إن المتقين في ظلال وعيون وفواكه مما يشتهون كلوا واشربوا هنيئا بما كنتم تعملون إنا كذلك نجزي المحسنين ويل يومئذ للمكذبين كلوا وتمتعوا قليلا إنكم مجرمون ويل يومئذ للمكذبين وَإِذَا قِيلَ لَهُمُ ارْكَعُوا لَا يَرْكَعُونَ وَيْلٌ يَوْمَئِذٍ لِلْمُكَذِّبِينَ فَبِأَيِّ حَدِيثٍ بَعْدَهُ يُؤْمِنُونَ بچ کے تورن والے ضرور چھاواں تے چشمیاں وچنے تے میویاں وچ ਜਿਸ ਤਰ੍ਹਾਂ ਦਾ ਜੀ ਚਾਹੇ ਖਾਓ ਤੇ ਪੀਓ, ਸੁਖੱਲਾ ਸੰਘੋ ਲੰਘਦਾ, ਬਦਲੇ ਉਸ ਦੇ ਜੋ ਕਰਦੇ ਸੌ। ਅਸੀਂ ਇਸੇ ਤਰ੍ਹਾਂ ਬਦਲਾ ਦਿੰਦੇ ਹਾਂ ਨੇਕੀ ਵਾਲਿਆਂ ਨੂੰ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਖਾ ਲਓ ਅਤੇ ਵਰਤ ਲਓ ਥੋੜ੍ਹੇ ਦਿਨ, ਤੁਸੀਂ ਜ਼ਰੂਰ ਪਾਪੀ ਹੋ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ, ਅਤੇ ਜੇ ਆਖੀਏ ਉਹਨਾਂ ਨੂੰ ਰੁਕੂ ਕਰੋ ਤਾਂ ਰੁਕੂ ਨਹੀਂ ਕਰਦੇ। ਬੁਰਾ ਹਾਲ ਹੈ ਉਸ ਦਿਨ ਝੁਠਲਾਉਣ ਵਾਲਿਆਂ ਦਾ। ਹੁਣ ਕਿਹੜੀ ਕਲਾਮ ਇਸ ਕੁਰਾਨ ਦੇ ਪਿੱਛੋਂ ਮੰਨਣਗੇ?